ਹੋਇਆ ਸਾਰਾ ਇਹ ਦੱਸੋ? ਅੱਜ ਪਹਿਲਾਂ ਤਾਂ ਬਈ ਅਫਸੋਸ ਦੀ ਗੱਲ, ਸਾਡੇ ਮਾਨਸਾ ਜ਼ਿਲ੍ਹੇ ਦਾ ਇੱਕ ਨੌਜਵਾਨ ਜਿਹੜਾ ਕਿ ਦੁੱਲੋਵਾਲ ਪਿੰਡ ਦਾ ਸੀਗਾ, ਉਹ ਅੱਜ ਨਸ਼ੇ ਦੀ ਭੇਟ ਚੜ੍ਹ ਗਿਆ, ਹੈ ਨਾ। ਅਤੇ ਪੰਜਾਬ ਸਰਕਾਰ ਦੇ ਵਾਰ ਵਾਰ ਦਾਅਵੇ ਕੀਤੇ ਗਏ, ਪਹਿਲਾਂ ਕੇਂਦਰੀ ਵਾਲ ਨੇ ਕਿਹਾ ਮੈਂ 24 ਘੰਟਿਆਂ 'ਚ ਬੰਦ ਕਰ ਦੂੰ, ਅਤੇ 2 ਸਾਲ ਹੋ ਗਏ ਅਤੇ ਕੁਛ ਨਹੀਂ ਅੱਜ ਹੱਲ ਹੋਇਆ ਸਾਡੇ ਪੰਜਾਬ ਦੇ ਨੌਜਵਾਨੀ ਦਾ, ਜਿਹੜੀ ਨਸ਼ਿਆਂ 'ਚ ਗਰਕ ਹੋ ਰਹੀ ਆ। ਅੱਜ ਇਹ ਨੌਜਵਾਨ ਮਰਿਆ, ਸਿਗਨੇਚਰ ਕੈਪਸੂਲ ਇਹਨਾਂ ਦੇ 15-18 ਦੇ ਜੇਬ 'ਚੋਂ ਨਿਕਲਿਆ, ਅਤੇ ਇਹਨੇ ਇਹਦੀ ਨਾਲ ਦੀਆਂ ਮੌਤ ਹੋ ਗਈ। ਅੱਛਾ, ਕੀ ਮੰਗ ਕਰਦੇ ਹੋ? ਅਤੇ ਇੱਕ ਪਹਿਲਾਂ ਮੈਂ ਇੱਕ ਇਹ ਬੇਨਤੀ ਵੀ ਕਰਨਾ ਚਾਹੁੰਦਾ, ਬਈ ਜਿਹੜੀ ਸਰਕਾਰ ਦਾਅਵੇ ਕਰਦੀ ਸੀ, ਹੁਣ ਅੱਜ ਥੋੜ੍ਹੇ ਦਿਨ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਵੀ ਪੰਜਾਬ 'ਚੋਂ ਨਸ਼ਾ ਬੰਦ ਕਰਨ ਲਈ ਵੀ ਜਿਹੜਾ ਵੀ ਸੰਬੰਧਿਤ ਅਧਿਕਾਰੀ ਨੇ, ਜਿਵੇਂ ਭਾਵੇਂ SSP ਹੋਵੇ, ਭਾਵੇਂ DSP ਹੋਵੇ, ਚਾਹੇ ਉੱਥੋਂ ਦਾ MLA ਵੀ ਜ਼ਿੰਮੇਵਾਰ ਆ ਉਨਾ ਹੀ, ਕਿਉਂਕਿ ਜਿਨ੍ਹਾਂ ਨੇ ਲੋਕਾਂ ਨੂੰ ਵੋਟਾਂ ਪਾ ਕੇ ਬਣਾਈਆਂ ਉਹ ਵੀ ਉਨਾ ਹੀ ਜ਼ਿੰਮੇਵਾਰ ਆ। ਅਤੇ ਅੱਜ ਇਹ ਨੌਜਵਾਨ ਦੀ ਮੌਤ ਦਾ ਮੈਨੂੰ ਇੱਕ ਗੱਲ ਦੱਸੋ ਵੀ ਕੌਣ ਜ਼ਿੰਮੇਵਾਰ ਆ, ਇਹਦਾ ਤੈਅ ਕੀਤਾ ਜਾਵੇ। ਠੀਕ ਆ, ਅਸੀਂ ਸਰਕਾਰ ਵੀ ਦੋਸ਼ੀ ਮੰਨਦੇ ਹਾਂ ਉਨੀ ਇਹਦੇ ਵਿੱਚ, ਜਿਹੜਾ ਇੱਥੇ ਜ਼ਿਲ੍ਹੇ ਦੇ ਅਧਿਕਾਰੀ ਨੇ ਉਹ ਵੀ ਉਨੀ ਦੋਸ਼ੀ ਨੇ, ਅਤੇ ਸਰਕਾਰ ਅੱਜ ਸਾਨੂੰ ਦੱਸੇ ਵੀ ਇਹ ਨੌਜਵਾਨ ਦੀ ਮੌਤ ਹੋਈ ਆ ਅਤੇ ਇਹਦਾ ਜ਼ਿੰਮੇਵਾਰ ਕੌਣ ਆ। ਅਤੇ ਜਿਹੜੇ ਬੰਦੇ ਵੀ ਜਿਨ੍ਹਾਂ ਤੋਂ ਇਹ ਕੈਸੂਲ ਜਿਹੜੇ ਮੈਡੀਕਲ ਤੋਂ ਆਇਆ ਉਹਦੇ 'ਤੇ 302 ਦਾ ਪਰਚਾ, ਅਤੇ ਸਾਡੀ ਮੰਗ ਇਹ ਹੈ ਅਤੇ 5 ਲੱਖ ਇਹ ਪਰਿਵਾਰ ਨੂੰ ਮੁਆਵਜ਼ਾ, ਕਿਉਂਕਿ ਇਹ ਸਰਕਾਰ ਦੀ ਵਜ੍ਹਾ ਨਾਲ ਮਾਰਿਆ ਗਿਆ ਅਤੇ ਸਰਕਾਰ ਵੱਲੋਂ ਹੀ ਅਸੀਂ ਸਮਝਾਂ ਵੀ ਕਤਲ ਕੀਤਾ ਗਿਆ ਨੌਜਵਾਨ ਦਾ, ਅਤੇ 5 ਲੱਖ ਰੁਪਏ ਪਰਿਵਾਰ ਨੂੰ ਮੁਆਵਜ਼ਾ ਦਿੱਤਾ, ਕਿਉਂਕਿ ਪਰਿਵਾਰ 'ਚ ਜਿਹੜਾ ਕਮਾਉਣ ਵਾਲਾ ਸੀਗਾ ਇਹ ਇਕੱਲਾ ਹੀ ਜੀ ਸੀਗਾ, ਅਤੇ ਇਹਦੇ 2 ਧੀਆਂ ਵੀ ਨੇ, ਅਤੇ ਇੱਕ ਇਹਦਾ ਪੁੱਤਰ ਵੀ ਹੈ, ਅਤੇ ਛੋਟੇ ਹੀ ਉਮਰ ਦਾ ਪੁੱਤਰ ਆ, ਅਤੇ ਕਹਿੰਦੇ ਵਾਈਫ ਵੀ ਨੇ। ਅਤੇ ਬੇਨਤੀ ਆ ਵੀ ਅਸੀਂ ਜੇ ਨਾ ਸਾਡਾ ਕੋਈ ਇਹ ਮਸਲਾ ਹੱਲ ਕੀਤਾ ਗਿਆ, ਅਸੀਂ ਰੋਡ 'ਤੇ ਲੈ ਕੇ ਇਹਦੀ ਲਾਸ਼ ਬੈਠਾਂਗੇ, ਫਿਰ ਸੰਸਕਾਰ ਨਹੀਂ ਸੀ ਉਹਨਾਂ ਚਿਰ ਕਰਨ ਦੇ, ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੱਡੇ ਪੱਧਰ 'ਤੇ ਨੌਜਵਾਨਾਂ ਨੂੰ ਉਤਾਰਾਂਗੇ ਰੋਡ 'ਤੇ। ਮਸਲਾ ਬਸ ਤੁਹਾਡੇ ਸਾਹਮਣੇ ਆ ਜੀ, ਆਹ ਹਾਲ ਦੇਖੀ ਉਹਨਾਂ ਦਾ ਤੁਸੀਂ, ਪਹਿਲੀ ਗੱਲ ਤਾਂ ਘਰ ਦਾ ਹਾਲ ਹੀ ਦੇਖ ਲਓ, ਜੋ ਅੱਜ ਘਰ ਦਾ ਹਾਲ ਹੈ ਇਹਨੂੰ ਦੇਖ ਕੇ ਐਂ ਵੀ ਨਹੀਂ ਲੱਗਦਾ, ਜੋ ਅੱਜ ਹੁੰਦੇ ਸਾਡੇ ਆਪਣੇ ਵਿੱਚ ਤਾਂ ਵੀ ਘਰ ਦਾ ਖਰਚਾ ਪਾਣੀ ਚੱਕਣ ਦਾ ਬਹੁਤ ਵੱਡੀ ਗੱਲ ਸੀ। ਔਰ ਜੋ ਆਪ ਹੀ ਪਾ ਗਏ, 2 ਭੈਣਾਂ ਕਹਿੰਦੇ ਗੁੜੀਆ ਜੀ, ਇੱਕ ਬੱਚਾ ਛੋਟਾ, ਅਤੇ ਉਹਨਾਂ ਦਾ ਅੱਜ ਦੇ ਟਾਈਮ 'ਚ ਕੌਣ ਜ਼ਿੰਮੇਵਾਰ ਆ, ਕੌਣ ਇਹਨਾਂ ਨੂੰ ਸਾਂਭੂਗਾ, ਕੌਣ ਇਹਨਾਂ ਨੂੰ ਕੁਛ ਲਿਆ ਕੇ ਦੇਊਗਾ, ਕੱਲ੍ਹ ਨੂੰ ਇਹਨਾਂ 'ਚ ਵੀ ਪਰਮਾਤਮਾ ਕਰੇ ਦੁੱਖ ਸੁੱਖ ਆਉਣਾ, ਜਾਣਾ ਆਉਣਾ, ਕਿਹਦੇ ਹਾਸੇ ਜੀਣਗੇ ਇਹ? ਆਪਾਂ ਤਾਂ ਇਹੀ ਗੱਲ ਕਹਿੰਦੇ ਹਾਂ ਕਿ ਪ੍ਰਸ਼ਾਸਨ ਵੀ ਦੇਖੀ ਜਾਂਦਾ ਹੋਊਗਾ ਲਾਈਵ। ਠੀਕ ਹੈ, ਸਰਕਾਰ ਨੂੰ ਇਹੀ ਬੇਨਤੀ ਕਿ 5 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ, ਅਤੇ ਇੱਥੇ ਆ ਕੇ ਵੋਟਾਂ ਵੇਲੇ ਤਾਂ ਉਹਦੇ ਹੱਥ ਜੋੜਨ ਆ ਜਾਂਦੇ ਨੇ, ਅੱਜ ਆ ਕੇ ਦਿਖਾਓ ਕਿਹੜਾ ਅਫਸਰ ਆਇਆ, ਕੋਈ ਨਹੀਂ ਆਇਆ, ਆਮ ਬੰਦੇ ਖੜ੍ਹੇ ਆ ਜਿਹਨਾਂ ਨੂੰ ਦੁੱਖ ਹੈ, ਜਿਹਨਾਂ ਨੂੰ ਦੁੱਖ ਨਹੀਂ, ਫੋਟੋਆਂ ਵੀਡੀਓ ਦੇਖ ਕੇ ਲਾਈਕ ਕਰਨ ਵਾਲੇ ਨੇ ਉਹ ਅੱਗੇ ਕਰ ਦਿੰਦੇ ਸਿਰ, ਉਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ, ਜਿੰਨਾ ਟਾਈਮ ਇੱਥੇ ਆ ਕੇ ਨਹੀਂ ਖੜ੍ਹਦਾ ਪ੍ਰਸ਼ਾਸਨ, ਸਾਡਾ ਹੱਕ ਪੂਰਾ ਮਿਲਣਾ ਚਾਹੀਦਾ, ਅਸੀਂ ਇਹ ਬੇਨਤੀ ਕਰਦੇ ਹਾਂ।